ਆਸਟ੍ਰੇਲੀਆ ਦੀ ਸਰਕਾਰ ਨੇ ਕੋਰੋਨਾ ਵਾਇਰਸ ਅਤੇ ਇਸ ਦੇ ਨਵੇਂ ਵੇਰੀਐਂਟ ਓਮਿਕਰੋਨ ਤੋਂ ਬਚਾਅ ਲਈ ਇੱਕ ਨਵੀਂ ਯੋਜਨਾ ਦਾ ਐਲਾਨ ਕੀਤਾ ਹੈ। ਸਰਕਾਰ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਉਹ ਇੱਕ ਨਵੇਂ ਪਲਾਂਟ ਨਾਲ ਦੇਸ਼ ਵਿੱਚ ਹੀ ਐਮਆਰਐਨਏ ਵੈਕਸੀਨ ਬਣਾਉਣਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ ਜੋ ਹਰ ਸਾਲ 10 ਕਰੋੜ ਤੱਕ ਖੁਰਾਕਾਂ ਦਾ ਉਤਪਾਦਨ ਕਰ ਸਕਦਾ ਹੈ। ਇਹ ਘੋਸ਼ਣਾ ਉਦੋਂ ਕੀਤੀ ਗਈ ਹੈ ਜਦੋਂ ਸਿਡਨੀ ਅਤੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਵਿੱਚ ਵਾਧਾ ਹੋਇਆ ਜੋ ਕਿ ਓਮਿਕਰੋਨ ਵੇਰੀਐਂਟ ਦੁਆਰਾ ਸੰਚਾਲਿਤ ਸੀ। नवी फैक्टरी विक्टोरिया राज विच वैक्सीन निर्माता मॉडर्ना अते संघी राजां सरकारां विचकार सांझेदारी विच बनाई जाएगी। इस दे 2024 तक खुलन दी उम्मीद है। आस्ट्रेलिया के प्रधानमंत्री स्कॉट मॉरिसन ने कहा कि स्थानक तौर पर टीके बनाउणा देश दे राष्ट्रीय हित विच है। मॉरिसन ने अगे भी कहा कि मैं दलील देवांगा कि एमआरएनए टीके इस महामारी दौरान सब तो वड्डी विज्ञानिक खोज साबित होए ने।